लगभग 3 क्विंटल भी हो जाती है सर्दियाँ, 3.5 क्विंटल। अच्छा जी, बस मान के चलो कि बंदा फॉरन ही है, फिर फॉरन तो प्लस कमा सकता है, अच्छा जी, मिनिमम 3 लाख के करीब तो बंदा अर्निंग कर लेंगे, ठीक, जो अपन गवर्नमेंट जॉब के पॉलिसीज के जो अपन फायदा होंगे, अच्छा जी, और कितने मतलब 10 गुना फायदा इस धंधे के, घट मेहनत करके, घट बर्डन लैके, प्रेशर लैके, घट प्रेशर के मुनाफा कमा सकते, पूरा अपने लिए फायदेमंद साबित हो रहा है। बिल्कुल साबित हो रहा है, ठीक है जी, प्रैक्टिकल है, ठीक है जी। स्वागत है जी ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਤੇ। ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਾਨੇਵਾਲਾ ਦੇ ਵਿੱਚ, ਬਾਰਡਰ ਏਰੀਆ ਦਾ ਇਹ ਪਿੰਡ ਹੈ ਤੇ ਜੇ ਮੈਂ ਗੱਲ ਕਰਾਂ ਪਾਕਿਸਤਾਨ ਬਾਰਡਰ ਦੀ, ਮੈਂ 8 ਤੋਂ 9 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ ਆ ਤੇ ਅੱਜ ਆਪਾਂ ਤੁਹਾਨੂੰ ਇੱਕ ਨੌਜਵਾਨ ਵੀਰ ਨਾਲ ਮਿਲਾਉਣਾ, ਵੀਰ ਮੱਝਾਂ ਦਾ ਡੈਰੀ ਫਾਰਮ ਚਲਾ ਕੇ ਚੰਗਾ ਮੁਨਾਫਾ ਕਮਾ ਰਿਹਾ ਤੇ ਆਪਾਂ ਉਹਦੇ ਨਾਲ ਵੀਰ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਵੀਡੀਓ ਦੇ ਐਂਡ ਤੱਕ ਸਾਰੇ ਜਣੇ ਬਣੇ ਰਹੋ, ਪੂਰੀ ਜਾਣਕਾਰੀ ਦਊਗਾ ਵੀਰ ਇਸ ਫਾਰਮ ਬਾਰੇ। ਵੀਰ ਦੱਸ ਰਿਹਾ ਸੀ ਕਿ ਇਸ ਫਾਰਮ ਦੇ ਵਿੱਚੋਂ ਡੇਲੀ ਦੀ 3 ਕੁਇੰਟਲ ਦੇ ਕਰੀਬ ਦੁੱਧ ਦੀ ਪੈਦਾਵਾਰ ਹੁੰਦੀ ਹੈ ਤੇ 9 ਪੁਆਇੰਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਫੈਟ ਆ ਰਹੀ ਆ ਦੁੱਧ ਦੀ ਇਸ ਫਾਰਮ ਦੇ ਵਿੱਚੋਂ। ਤੇ ਜੇ ਮੈਂ ਫਾਰਮ ਦੀ ਇੱਕ ਮੇਨ ਖਾਸੀਅਤ ਦੀ ਗੱਲ ਕਰਾਂ, ਵੀਰ ਕੋਲ ਇੱਕ ਚੰਗੀ ਨਸਲ ਦਾ ਝੋਟਾ ਵੀ ਹੈ, ਮੁਰਾ ਨਸਲ ਦਾ ਝੋਟਾ ਹੈ। ਤੇ ਜੇ ਮੈਂ ਗੱਲ ਕਰਾਂ ਇਸ ਝੋਟੇ ਦੀ, ਝੋਟਾ ਯੁਵਰਾਜ ਦਾ ਬੱਚਾ ਹੈ। ਯੁਵਰਾਜ ਨੂੰ ਤਾਂ ਤੁਸੀਂ ਸਾਰੇ ਜਣੇ ਚੰਗੀ ਤਰ੍ਹਾਂ ਜਾਣਦੇ ਹੀ ਹੋ, ਹਰਿਆਣੇ ਦਾ ਇੱਕ ਫੇਮਸ ਝੋਟਾ ਸੀ। ਵੀਰ ਦੱਸ ਰਿਹਾ ਸੀ ਕਿ ਜਿਹੜਾ ਇਹ ਝੋਟਾ ਹੈ ਵੀਰ ਦੇ ਕੋਲ 5.5 ਲੱਖ ਰੁਪਈਏ ਦੇ ਕਰੀਬ ਇਸ ਦੀ ਕੀਮਤ ਲੱਗ ਗਈ ਸੀ, ਪਰ ਵੀਰ ਨੇ ਯੂਪੀ ਦੇ ਵਪਾਰੀਆਂ ਨੂੰ ਦੇਣ ਤੋਂ ਮਨਾ ਕਰਤਾ ਇਸ ਝੋਟੇ ਨੂੰ। ਕੁਝ ਹੁਣ ਕੰਪਨੀ ਵਾਲਿਆਂ ਨੇ ਵੀ ਟਾਈ ਅਪ ਕੀਤਾ ਵੀਰ ਨਾਲ ਇਸ ਦਾ ਸੀਮਿੰਟ ਤਿਆਰ ਕਰਨ ਵਾਸਤੇ, ਤੇ ਵੀਰ ਨੇ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਤੇ ਆਪਾਂ ਗੱਲਬਾਤ ਕਰਦੇ ਹਾਂ ਵੀਰ ਨਾਲ। ਜੇ ਕੋਈ ਸੱਜਣ ਇਸ ਵੀਰ ਨਾਲ ਗੱਲਬਾਤ ਕਰਨੀ ਚਾਹੁੰਦਾ, ਵੀਡੀਓ ਦੇ ਡਿਸਕ੍ਰਿਪਸ਼ਨ 'ਚ ਆਪਾਂ ਵੀਰ ਦਾ ਨੰਬਰ ਦਿੱਤਾ ਹੋਇਆ, ਤੁਸੀਂ ਉਸ ਨਾਲ ਗੱਲਬਾਤ ਕਰ ਸਕਦੇ ਹੋ, ਪੂਰੀ ਜਾਣਕਾਰੀ ਲੈ ਸਕਦੇ ਹੋ ਫਾਰਮ ਬਾਰੇ, ਜਾਂ ਆਪਾਂ ਕਿਸ ਤਰ੍ਹਾਂ ਪਸ਼ੂ ਦੀ ਸਾਂਭ ਸੰਭਾਲ ਕਰਨੀ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ। ਆਓ ਆਪਾਂ ਗੱਲਾਂ ਬਾਤਾਂ ਕਰਦੇ ਵੀਰ ਨਾਲ। ਹਾਂਜੀ ਬਾਈ, ਸਵਾਗਤ ਹੈ ਜੀ ਪਹਿਲਾਂ ਤੁਹਾਡਾ ਸਾਡੇ YouTube ਚੈਨਲ ਤੇ। ਠੀਕ ਹੈ ਜੀ ਭਰਾ, ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ, ਤੁਹਾਡਾ ਨਾਮ ਕੀ? ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਅੱਛਾ ਜੀ, ਤੇ ਇਹ ਆਪਣਾ ਪਿੰਡ ਦਾ ਕੀ ਨਾਮ ਹੈ ਜੀ? ਪਿੰਡ ਕਾਨੇਵਾਲਾ ਜੀ। ਅੱਛਾ ਜੀ, ਜ਼ਿਲ੍ਹਾ ਫਾਜ਼ਿਲਕਾ ਚ ਪੈਂਦਾ ਜੀ? ਬਿਲਕੁਲ। ਠੀਕ ਹੈ ਜੀ, ਤੇ ਇਹ ਬਾਰਡਰ ਏਰੀਆ ਦਾ ਪਿੰਡ ਜਣਾ ਜੀ? ਹਾਂ ਬਾਰਡਰ ਏਰੀਆ ਹੀ ਹੈ ਜੀ, ਇੱਥੋਂ 9 ਕਿਲੋਮੀਟਰ ਦੂਰ ਪਰ ਬਾਰਡਰ ਹੈ। ਅੱਛਾ ਜੀ, ਠੀਕ ਹੈ ਜੀ, ਤੇ ਭਰਾ ਪਹਿਲਾਂ ਤਾਂ ਆਪਾਂ ਪਸ਼ੂਆਂ ਬਾਰੇ ਗੱਲਾਂ ਬਾਤਾਂ ਕਰਦੇ ਹਾਂ ਡਿਟੇਲ ਦੇ ਵਿੱਚ। ਇੱਕ ਨਾ ਲੋਕਾਂ ਦੇ ਮਨ 'ਚ ਵਹਿਮ ਬਣਿਆ ਹੋਇਆ ਵੀ ਪਸ਼ੂਆਂ ਤੋਂ ਆਪਾਂ ਨੂੰ ਬਚਦਾ ਕੁਛ ਨਹੀਂ ਹੈ ਜੀ, ਇਹ ਗੱਲ ਸੱਚੀ ਹੈ ਕਿ ਝੂਠ ਹੈ ਗੱਲ? ਪਹਿਲਾਂ ਹੀ ਆਪਾਂ ਕਲੀਅਰ ਕਰ ਲਈਏ, ਇਹ ਝੂਠ। ਅੱਛਾ ਜੀ, ਵੀ ਪੂਰਾ ਆਪਣੇ ਲਈ ਫਾਇਦੇਮੰਦ ਸਾਬਤ ਹੋ ਰਿਹਾ ਜੀ? ਬਿਲਕੁਲ ਬਿਲਕੁਲ ਸਾਬਤ ਹੋ ਰਿਹਾ। ਠੀਕ ਹੈ ਜੀ, ਇਹ ਪ੍ਰੈਕਟੀਕਲ ਹੈ। ਠੀਕ ਹੈ ਜੀ, ਤੇ ਕਿੰਨਾ ਸਮਾਂ ਹੋ ਗਿਆ ਜੀ ਆਪਾਂ ਨੂੰ ਪਸ਼ੂ ਰੱਖਦੇ ਨੇ? ਸਾਨੂੰ ਤਾਂ ਵਿਰਸੇ 'ਚ ਕੰਮ ਮਿਲਿਆ। ਅੱਛਾ ਜੀ, ਪਰ ਜਿਹੜਾ ਆਪਾਂ ਇਹਨੂੰ ਵਪਾਰਕ ਧੰਦੇ ਵਿੱਚ ਲੈ ਕੇ ਆਏ ਆ। ਅੱਛਾ ਜੀ, ਮੁਨਾਫੇ ਦੇ ਸੌਦੇ ਵਿੱਚ ਲੈ ਕੇ ਆਏ ਆ। ਠੀਕ ਹੈ ਜੀ, ਉਸ ਤੋਂ 8-7 ਸਾਲ ਹੀ ਹੋਏ ਆ। ਠੀਕ ਹੈ ਜੀ, ਤੇ ਉਦੋਂ ਆਪਾਂ ਕਿੰਨੇ ਪਸ਼ੂਆਂ ਤੋਂ ਸਟਾਰਟ ਕੀਤਾ ਸੀ ਜੀ? 2 ਪਸ਼ੂਆਂ ਤੋਂ ਸਟਾਰਟ ਕੀਤਾ ਸੀ ਜੀ ਪਹਿਲਾਂ। ਠੀਕ ਹੈ ਜੀ, ਤੇ ਇਹ ਜਿਹੜੀ ਬਰੀਡ ਸੀ ਆਪਣੀ, ਇਹ ਘਰ ਦੀ ਬਰੀਡ ਸੀ ਕਿ ਆਪਾਂ ਬਾਹਰੋਂ ਖਰੀਦੀ? ਬਿਲਕੁਲ ਘਰ ਦੀ ਬਰੀਡ ਸੀ। ਅੱਛਾ ਜੀ, ਦੋਗਲੀ ਬਰੀਡ ਸੀ, ਦੋਗਲੀ ਤੋਂ ਫਿਰ ਆਪਾਂ ਤਿਆਰ ਕੀਤੀ ਹੈ, ਪੂਰਾ ਦੇ ਵਿੱਚ ਲੈ ਕੇ ਆਏ। ਠੀਕ ਹੈ ਜੀ, ਇਸ ਨੀਲੀ ਰਾਵੀ ਦੇ ਪੁਆਇੰਟ ਵੀ ਆਪਣੇ ਕੋਲ ਹੈਗੇ। ਠੀਕ ਹੈ ਜੀ, ਤੇ ਹੁਣ ਆਪਣੇ ਕੋਲ ਟੋਟਲ ਕਿੰਨੇ ਪਸ਼ੂ ਹੋ ਗਏ ਜੀ, ਛੋਟੇ ਵੱਡੇ ਪਾ ਗਏ? ਲਗਭਗ ਛੋਟੇ ਵੱਡੇ ਪਾਈਏ ਤਾਂ 60 ਪਸ਼ੂ ਬਣ ਜਾਂਦਾ। ਠੀਕ ਹੈ ਜੀ, ਤੇ ਜੇ ਬ੍ਰਦਰ ਮੈਂ ਗੱਲ ਕਰਾਂ ਦੁੱਧ ਦੇ ਪ੍ਰੋਡਕਸ਼ਨ ਦੀ, ਕਿੰਨੇ ਪਸ਼ੂ ਦੁੱਧ ਦੇ ਰਹੇ ਆ ਤੇ ਕਿੰਨੇ ਵਿੱਚ ਬੱਚੇ ਆ ਜੀ? ਪ੍ਰੋਡਕਸ਼ਨ ਦੁੱਧ ਦੀ ਇਹਦੇ ਵਿੱਚ ਆਪਣੇ ਕੋਲ 45 ਪਲੱਸ 45 ਦੇ ਲਗਭਗ ਹੈਗੇ ਆ ਆਪਣੇ ਕੋਲ ਦੁੱਧ ਵਾਲੇ। ਅੱਛਾ ਜੀ, ਬਾਕੀ ਬੱਚੇ? ਠੀਕ ਹੈ ਜੀ, 15 ਤੋਂ 17 ਬੱਚੇ ਆ। ਠੀਕ ਹੈ ਜੀ, ਤੇ ਡੇਲੀ ਦੀ ਕਿੰਨੀ ਪ੍ਰੋਡਕਸ਼ਨ ਆਪਣੇ ਦੁੱਧ ਦੀ ਹੋ ਰਹੀ ਹੈ? ਪ੍ਰੋਡਕਸ਼ਨ ਲਗਭਗ 3 ਕੁਇੰਟਲ ਵੀ ਹੋ ਜਾਂਦੀ ਹੈ ਸਰਦੀਆਂ, 3.5 ਕੁਇੰਟਲ। ਅੱਛਾ ਜੀ, ਤੇ ਗਰਮੀਆਂ ਦੇ ਵਿੱਚ 2 ਕੁਇੰਟਲ। ਠੀਕ ਹੈ, ਗਰਮੀਆਂ 'ਚ ਫਿਰ ਮੌਸਮ ਦੀ ਤਬਦੀਲੀ ਨਾਲ ਪਸ਼ੂਆਂ ਦਾ। ਠੀਕ ਹੈ, ਤੇ ਸਾਰਿਆਂ ਤੋਂ ਹਾਈਐਸਟ ਆਪਣੇ ਕੋਲ ਦੁੱਧ ਜਿਹੜਾ ਰਿਕਾਰਡ ਉਹ ਕਿੰਨੇ ਲੀਟਰ ਦੇ ਮੱਝ ਦੀ? 2 ਪੁਆਇੰਟ ਮੇਰੇ ਕੋਲ ਰਿਹਾ ਪਸ਼ੂ ਚੰਗੀ ਮੱਝ ਦਾ 22.5 ਲੀਟਰ। ਠੀਕ ਹੈ ਜੀ, ਤੇ ਉਹ ਕਿਸ ਦਾ, ਕਿਸ ਦੀ ਮੱਝ, ਬੱਚੀ ਕਿਸ ਦੀ ਆ ਜੀ, ਉਹਦਾ ਕੋਈ ਡਿਟੇਲ ਹੈਗੀ? ਬਿਲਕੁਲ ਹੈ ਜੀ। ਅੱਛਾ ਜੀ, ਆਪਣੇ ਕੋਲ ਰਾਣੀ ਦੀ ਮੱਝ ਜਿਹੜੀ ਆਪਾਂ ਆਮ ਪਤਾ ਹੀ ਹੈ ਫੇਮਸ ਹੈ, ਉਹਨਾਂ ਦਾ ਸਿਮਨ ਸੀ। ਅੱਛਾ ਜੀ, ਔਰ ਸਿਮਨ ਆਪਣੇ ਮਾਲੀ ਦਾ, ਯੁਵਰਾਜ ਦਾ? ਯੁਵਰਾਜ ਦਾ ਜੀ। ਹਾਂਜੀ, ਠੀਕ, ਬਰੀਡ ਤੋਂ ਤਿਆਰ ਕੀਤਾ ਹੋਇਆ ਆਪਣਾ ਮਾਲੀ ਦਾ। ਅੱਛਾ ਜੀ, ਉਹ ਤਾਂ ਡਿਸਪਲੇ ਦੇਖੀ ਹੋਣੀ ਹੈ ਤੁਸੀਂ ਉਹਨਾਂ ਦੀ। ਠੀਕ ਹੈ ਜੀ, ਤੇ ਇਹ ਹੁਣ ਰਾਣੀ ਦੀ ਆਪਣੇ ਕੋਲ ਅਗਲੇ ਪਾਸੇ ਕਿੰਨੇ ਬੱਚੇ ਤਿਆਰ ਹੋ ਗਏ ਜੀ? 7। ਠੀਕ ਹੈ ਜੀ, ਇੱਕ ਤੁਸੀਂ ਗੱਲ ਕਰ ਰਹੇ ਸੀ ਵੀ ਤੁਹਾਡੇ ਛੋਟੀ ਜੀ ਉਮਰ ਦੀ ਮੱਝ, ਵੀ ਘੱਟ ਤੋਂ ਘੱਟ ਉਮਰ ਦੀ ਮੱਝ ਨੇ ਵੀ ਉਹ ਸਹੀ ਹੈ? ਸਾਹਮਣੇ ਹੀ ਆਪਣੇ ਇੱਥੇ। ਅੱਛਾ ਜੀ, ਲਗਭਗ 2 ਸਾਲ
8 महीने की डिलीवरी होंदी होगी। ठीक है, ते दूध दी जे गल करना है, कितना दूध उंदे थल्ले इस टाइम यूज है? इस टाइम 13 लीटर है, 13 लीटर सम। ठीक है, ते एक अपने कोल तुसी माली दी आपां गलबात कर रहे थी, ते माली अपने कोल कड़ी ब्रीड दा ही है अपने कोल? माली युवराज दा ही है जी। अच्छा जी, ठीक है, ते उंदा माँ प्यो कड़े रिकॉर्ड दे है जी? 4-5 साल पशु को बनवा लेंगे। अच्छा जी, वो आप कर रहे हैं, लगभग 1500 पीस रखी हुई है। ठीक है, तो ये फार्म दे बेचो तुसी साइलेज की वरतों करते हैं कि पट्ठे की वरतों करते हैं? तैयार किया जी कुछ। अच्छा जी, तो वैसे तो जी हरे चारे पर निर्भर है। ठीक है जी, एक मैं देखा तुसी सरों दे, ये भी पशुओं नु सरों दे जड़ा होंदा वेस्टेज होंदी पशुओं? ये डाइजेस्ट भी वधिया हो जाता है। अच्छा जी, पाचन क्रिया नु चंगा कर दे। ठीक है, दूजी गल है कि इहदे नाल भरपाई जड़ी है इहनु असीं सुबह भेज देना क्योंकि सख्त हुंदा। अच्छा जी, सुबह भेज देना हुंदा ते रात शाम नु पा देना, घट्टो 5-6 घंटे भेज के। अच्छा जी, उस बाद इहनु असीं पशुओं नु वरत लैंदे आ, उपर दाणा पा। ठीक है, ते इह हुण आपां दाणे दी गल्लबात कर रहे सी वी दाणा ਘਰੇ ਹੀ ਆਪਾਂ ਤਿਆਰ ਕਰਦੇ ਕਿ ਬਾਜ਼ਾਰ ਦਾ ਮੁੱਲ ਲਿਆਉਣੇ ਜਾਣਾ? ਮੋਸਟਲੀ ਤਾਂ ਘਰ ਦਾ ਹੀ ਹੋ ਜਾਂਦਾ। ਅੱਛਾ ਜੀ, ਕਿਉਂਕਿ ਘਰ ਦੇ ਵਿੱਚ ਹੀ ਸਾਨੂੰ ਫਾਇਦਾ ਹੁੰਦਾ ਹੈ, ਕੁਝ ਅਜੇ ਅਨਾਜ ਹੁੰਦੇ ਨੇ ਜਿਨ੍ਹਾਂ ਨੂੰ ਮਿਕਸ ਕਰਕੇ ਬਣਾ ਲਿਆ। ਠੀਕ ਹੈ, ਔਰ ਦੁੱਧ ਵੀ ਉਹਦਾ ਬਿਹਤਰ ਮਿਲਦਾ। ਠੀਕ ਹੈ, ਬੈਟਰੀ ਚੰਗੀ ਆਉਂਦੀ, ਪਸ਼ੂ ਦੀ ਸਿਹਤ ਵੀ ਚੰਗੀ ਹੈ। ਅੱਛਾ ਜੀ, ਤੇ ਇਹ ਪਸ਼ੂਆਂ ਦੀ ਤਾਂ ਹੁਣ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ, ਇੱਕ ਨਾ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਉਹ ਵਿਦੇਸ਼ਾਂ ਵੱਲ ਰੁਕ ਕਰ ਰਹੀ, ਉਹ ਕਹਿ ਰਹੀ ਵੀ ਇੱਥੇ ਰੁਜ਼ਗਾਰ ਹੈ ਨਹੀਂ ਗਾ, ਤੁਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਵੀ ਪਸ਼ੂਆਂ ਦਾ ਇਹ ਕਰਕੇ ਡੇਅਰੀ ਫਾਰਮਿੰਗ ਕਰਕੇ ਵੀ ਚੰਗਾ ਮੁਨਾਫਾ ਕਮਾ ਰਹੇ, ਤੇ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਕੋਲ ਜਿਹੜੇ ਮੁੰਡੇ ਬਾਹਰ ਜਾ ਰਹੇ? ਬੇਨਤੀ ਇਹ ਹੀ ਹੈ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਕੇ ਅਗਰ ਤੁਸੀਂ ਇਸ ਧੰਦੇ ਦੀ ਸੰਭਾਲ ਕਰਦੇ ਹੋ। ਅੱਛਾ ਜੀ, ਇੱਕ ਤਾਂ ਪੁਰਖਾਂ ਦੇ ਕੰਮ ਦੀ ਸੰਭਾਲ ਹੈ, ਠੀਕ ਹੈ, ਤੁਸੀਂ ਆਪਣੇ ਮਾਤਾ ਪਿਤਾ ਦੀ ਲਾਠੀ ਬਣ ਕੇ ਇਹਦੀ ਸੇਵਾ ਕਰ ਸਕਦੇ ਹੋ ਔਰ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ। ਠੀਕ ਹੈ ਜੀ, ਸਭ ਤੋਂ ਵੱਡੀ ਗੱਲ ਤਾਂ ਬਾਪ ਦੀ ਲਾਠੀ ਬਣ ਕੇ ਘਰ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਕੇ, ਠੀਕ ਹੈ ਜੀ, ਮਿਹਨਤ ਕਰਕੇ ਉੱਥੋਂ ਨਾਲੋਂ ਘੱਟ ਮਿਹਨਤ ਕਰਕੇ ਵੱਧ ਫਾਇਦਾ ਲੈ ਸਕਦਾ। ਠੀਕ ਹੈ, ਤੇ ਇੱਕ ਹੋਰ ਵੀਰ, ਇਸ ਤੋਂ ਬਗੈਰ ਤੁਸੀਂ ਕੀ ਕੰਮ ਕਰਦੇ ਖੇਤੀਬਾੜੀ ਦਾ? ਕਿ ਮੈਂ ਖੁਦ ਐਮਫਿਲ ਹਾਂ। ਅੱਛਾ ਜੀ, ਐਮਐਸਸੀ ਆਈਟੀ ਚ ਮੇਰੀ ਮਾਸਟਰ ਡਿਗਰੀ ਹੈ। ਅੱਛਾ ਜੀ, ਆਈਟੀ ਫੋਰ ਮਾਈਕਰੋ ਪ੍ਰੋਫੈਸ਼ਨ ਹੈ ਮੇਰਾ। ਠੀਕ ਹੈ ਜੀ, ਬਟ ਉਹਦੇ ਵਿੱਚ ਆਪਣੇ ਜੋ ਦੇਸ਼ ਦੇ ਜਾਂ ਆਪਣੇ ਕਸਬੇ ਦੇ ਹਾਲਾਤ ਨੂੰ ਵੇਖ ਕੇ ਜੋ ਆਪਾਂ ਨੂੰ ਗਵਰਨਮੈਂਟ ਜੋਬ ਦੇ ਵਿੱਚ ਪਾਲਿਸੀਜ਼ ਦੇ ਵਿੱਚ ਜੋ ਆਪਾਂ ਨੂੰ ਫਾਇਦਾ ਹੁੰਦਾ। ਅੱਛਾ ਜੀ, ਉਹਨੂੰ ਕਿਤੇ ਮਤਲਬ 10 ਗੁਣਾ ਫਾਇਦਾ ਇਸ ਧੰਦੇ ਦੇ ਵਿੱਚ ਹੈ। ਤੁਸੀਂ ਘੱਟ ਮਿਹਨਤ ਕਰਕੇ, ਘੱਟ ਬਰਡਨ ਲੈ ਕੇ, ਪ੍ਰੈਸ਼ਰ ਲੈ ਕੇ, ਘੱਟ ਪ੍ਰੈਸ਼ਰ ਦੇ ਵਿੱਚ ਵੱਧ ਮੁਨਾਫਾ ਕਮਾ ਸਕਦੇ। ਠੀਕ ਹੈ ਜੀ, ਚਲੋ ਜੀ ਦੋਸਤੋ, ਮੈਂ ਇੱਥੇ ਇਹ ਵੀ ਗੱਲਬਾਤ ਇੱਕ ਕਰ ਦੇਣੀ ਚਾਹੁੰਦਾ ਕਿ ਵੀਰ ਨੂੰ ਅੱਜ ਇੱਕ ਤਾਂ ਤੂੜੀ ਬਣ ਰਹੀ ਵੀਰ ਦੀ, ਇੱਕ ਟਾਈਮਿੰਗ ਦੀ ਇਸ ਵੇਲੇ ਹੁਣ ਚਵਾਈ ਦੀ ਟਾਈਮਿੰਗ ਸ਼ੁਰੂ ਹੋ ਗਿਆ ਜੀ। ਚਵਾਈ ਫਿਰ ਹੱਥਾਂ ਨਾਲ ਕਰਦੇ ਜੇ ਕਿ ਮਸ਼ੀਨ? ਬਿਲਕੁਲ ਹੱਥਾਂ ਨਾਲ। ਠੀਕ ਹੈ ਜੀ, ਸਾਰੇ ਪਸ਼ੂਆਂ ਦੀ? ਹਾਂਜੀ, ਠੀਕ ਹੈ ਜੀ, ਮਾਝੇ ਪਸ਼ੂ ਦੀ ਹੱਥ ਨਾਲ ਹੀ ਬਿਹਤਰ ਹੋਵੇ। ਠੀਕ ਹੈ ਜੀ, ਤੇ ਇਹਨੇ ਪਸ਼ੂਆਂ ਵਾਸਤੇ ਵੀ ਕਿੰਨੇ ਬੰਦੇ ਕੰਮ ਕਰ ਰਹੇ ਜੀ ਇੱਥੇ ਫਾਰਮ ਦੇ? 4 ਬੰਦੇ ਕਰ ਰਹੇ। ਠੀਕ ਹੈ ਜੀ, ਖੁਦ ਆਪ ਵੀ ਤੁਸੀਂ ਵਿੱਚ ਵੀ ਨਾਲ ਸਹਿਯੋਗ ਦਿੰਦੇ? ਹਾਂ, ਇਨਵੋਲਵ ਹੋਣਾ ਪੈਂਦਾ ਹੈ, ਥੋੜਾ ਬਹੁਤਾ ਧਿਆਨ ਤਾਂ ਤੁਹਾਡਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਹੀ ਤੁਸੀਂ ਬੈਨੀਫਿਟ ਵਾਲੇ ਪਾਸੇ ਜਾ ਸਕਦੇ। ਠੀਕ ਹੈ ਜੀ, ਚਲੋ ਮੈਂ ਹੁਣ ਗੱਲਬਾਤ ਦੀ ਐਂਡਿੰਗ ਕਰਦਾ ਜੀ। ਲਾਸਟ ਤੇ ਇਹੋ ਪੁੱਛਣਾ ਚਾਹਣਾ ਜੀ ਵੀ ਪ੍ਰੋਫਿਟ ਪ੍ਰਤੀ ਮੰਥ ਦੱਸ ਦਿਓ ਜਾਂ ਪੂਰੇ ਸਾਲਾਨਾ ਦੱਸ ਦਿਓ ਜੀ ਵੀ ਕਿੰਨੀ ਕੁ ਬਚਤ ਆਪਾਂ ਨੂੰ ਵੀ ਇਸ ਦੇ ਵਿੱਚ ਇਸ ਧੰਦੇ ਦੇ ਵਿੱਚ ਆ ਜਾਂਦੀ ਹੈ? ਬਸ ਮੰਨ ਕੇ ਚੱਲੋ ਕਿ ਬੰਦਾ ਫੋਰਨ ਹੀ ਹੈ, ਫਿਰ ਫੋਰਨ ਤੋਂ ਪਲੱਸ ਕਮਾ ਸਕਦਾ ਹੈ। ਅੱਛਾ ਜੀ, ਮਿਨੀਮਮ 3 ਲੱਖ ਦੇ ਕਰੀਬ ਤੋਂ ਬੰਦਾ ਅਰਨਿੰਗ ਕਰ ਲੈਂਦਾ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਹਾਂਜੀ ਦੋਸਤੋ, ਤੁਹਾਨੂੰ ਇਹ ਅੱਜ ਦੀ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਡੇ ਸਾਰਿਆਂ ਦਾ ਇਹ ਵੀਡੀਓ ਵੇਖਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।